ਇਜ਼ੀ ਕੁਕਿੰਗ ਬਾਈ ਪਰਮਜੀਤ ਕੌਰ ਫਰਮ ਮੋਹਾਲੀ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਕੀ ਬਣਾ ਰਹੇ ਜੀ? ਅੱਜ ਅਸੀਂ ਸੇਬ ਦਾ ਹਲਵਾ ਬਣਾ ਰਹੇ ਹਾਂ ਜੀ। ਜੇ ਸਾਡੀ ਰੈਸਪੀ ਅੱਛੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਜੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਪਲੀਜ਼ ਕਰ ਦਿਓ, ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਸਾਡੀ ਜਿਹੜੀ ਵੀਡੀਓ ਆਖਿਰ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਵਿੱਚ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਦੱਸਦੇ ਹਾਂ ਜੋ ਕਿ ਕਿਸੇ ਵੀ ਡਿਸ਼ ਨੂੰ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ। ਤੇ ਹੁਣ ਸੇਬ ਦਾ ਹਲਵਾ ਬਣਾਉਣ ਵਾਸਤੇ ਹੋਰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦਿਖਾਂਗੇ। ਸੇਬ ਦਾ ਹਲਵਾ ਬਣਾਉਣ ਵਾਸਤੇ ਅਸੀਂ 900 ਗ੍ਰਾਮ ਸੇਬ ਲਏ ਤੇ ਅਸੀਂ ਇਹਨਾਂ ਨੂੰ ਗ੍ਰੇਡ ਕਰ ਲਿਆ ਤੇ ਇੱਕ ਸੇਬ ਅਸੀਂ ਰੱਖਿਆ ਉਹ ਅਸੀਂ ਗ੍ਰੇਡ ਕਰਕੇ ਦਿਖਾਵਾਂਗੇ। ਤੇ ਇਹਦੇ ਵਾਸਤੇ ਅਸੀਂ 8 ਚਮਚ ਅਸੀਂ ਚੀਨੀ ਲਈਏ, ਜੇ ਬਾਈ ਵੇਟ ਕਹੀਏ ਤਾਂ 80 ਗ੍ਰਾਮ। ਦੇਸੀ ਘੀਏ 'ਚ ਅਸੀਂ ਯੂਜ਼ ਕਰਾਂਗੇ, ਦਾਲ ਚੀਨੀ ਪਾਊਡਰ ਯੂਜ਼ ਕਰਾਂਗੇ ਅਤੇ ਸੈਫਰਨ ਥਰੈਡਸ ਕੇਸਰ ਦੇ ਧਾਗੇ ਯੂਜ਼ ਕਰਾਂਗੇ। ਸੇਬ ਨੂੰ ਗ੍ਰੇਡ ਕਰਨ ਵਾਸਤੇ ਸਭ ਤੋਂ ਪਹਿਲੇ ਅਸੀਂ ਇਹਨੂੰ 4 ਹਿੱਸਿਆਂ 'ਚ ਕੱਟ ਲੈਣਾ ਹੈ। ਅਤੇ ਸੀਡ ਦਾ ਹਿੱਸਾ ਅਸੀਂ ਇਹਦਾ ਬਾਹਰ ਕੱਢ ਦੇਣਾ। ਉਸ ਤੋਂ ਬਾਅਦ ਇਹ ਜਿਹੜਾ ਮੀਡੀਅਮ ਵਾਲਾ ਪਾਸਾ ਇਹਦਾ ਉੱਥੋਂ ਅਸੀਂ ਗ੍ਰੇਡ ਕਰਨਾ ਹੈ, ਨਾ ਜ਼ਿਆਦਾ ਵੱਡੇ ਵਾਲਾ ਨਾ ਜ਼ਿਆਦਾ ਬਰੀਕ ਵਾਲਾ, ਮੀਡੀਅਮ ਪਾਸੋਂ ਅਸੀਂ ਗ੍ਰੇਡ ਕਰਨਾ ਜੀ ਸੇਬ। ਸਭ ਤੋਂ ਪਹਿਲੇ ਅਸੀਂ ਪੈਨ ਗਰਮ ਕਰ ਲਿਆ ਜੀ ਅਤੇ ਘੀ ਅਸੀਂ ਐਡ ਕਰ ਦੇਣਾ, 3 ਕੁ ਟੇਬਲ ਸਪੂਨ ਦੇ ਬਰਾਬਰ ਦੇਸੀ ਘੀ ਹੈ। ਦੇਸੀ ਘੀ 'ਚ ਬਹੁਤ ਸਵਾਦ ਬਣਦਾ, ਵੈਸੇ ਕੋਈ ਵੀ ਆਇਲ ਕੋਈ ਵੀ ਘੀ ਯੂਜ਼ ਕਰ ਸਕਦੇ। ਉਸ ਤੋਂ ਬਾਅਦ ਦੇਖੋ ਜੀ ਗ੍ਰੇਟ ਕੀਤਾ ਹੋਇਆ ਐਪਲ ਅਸੀਂ ਐਡ ਕਰ ਦੇਣਾ, ਇਹ ਮੀਡੀਅਮ ਫਲੇਮ 'ਤੇ ਅਸੀਂ ਹਲਵਾ ਬਣਾਉਣਾ ਜੀ। ਅੱਛੀ ਤਰ੍ਹਾਂ ਇਹਨੂੰ ਹਿਲਾ ਦੇਣਾ ਤਾਂ ਕਿ ਇੱਕ ਸਾਈਡ ਤੋਂ ਸੜ ਨਾ ਜਾਵੇ, ਹੁਣ ਨਾਲ ਨਾਲ ਅਸੀਂ ਇਹਨੂੰ ਹਿਲਾਉਂਦੇ ਵੀ ਰਹਿਣਾ। ਸੇਬ ਦਾ ਮੋਇਸਚਰ ਦੇਖੋ ਜੀ ਸੁੱਕ ਗਿਆ ਅਤੇ ਚੀਨੀ ਅਸੀਂ ਇਹਦੇ 'ਚ ਐਡ ਕਰਦੇ ਹਾਂ, ਅੱਛੀ ਤਰ੍ਹਾਂ ਅਸੀਂ ਮਿਕਸ ਕਰਾਂਗੇ। ਇਹ 10 ਕੁ ਮਿੰਟ ਅਸੀਂ ਕੁੱਕ ਕੀਤਾ ਮੀਡੀਅਮ ਫਲੇਮ 'ਤੇ ਅਤੇ ਸੇਬ ਦਾ ਮੋਇਸਚਰ ਸੁੱਕ ਗਿਆ ਸੀ, ਹੁਣ ਚੀਨੀ ਥੋੜ੍ਹਾ ਬਹੁਤਾ ਜਿਹੜਾ ਪਾਣੀ ਛੱਡੇਗੀ, ਇਹ ਵੀ ਅਸੀਂ ਇਸ ਤਰ੍ਹਾਂ ਹੀ ਸੁਕਾਉਣਾ। ਕੇਸਰ ਦੇ ਧਾਗੇ ਅਸੀਂ ਥੋੜ੍ਹੇ ਜਿਹੇ ਪਾਣੀ 'ਚ ਭਗੋਲੇ ਸੀ ਪਹਿਲੇ, ਇਹਦੇ ਨਾਲ ਕਲਰ ਅੱਛਾ ਹੋ ਜਾਂਦਾ, ਦੇਖੋ ਉਹ ਵੀ ਅਸੀਂ ਐਡ ਕਰ ਦਿੱਤੇ। ਅੱਛੀ ਤਰ੍ਹਾਂ ਮਿਕਸ ਕਰਦੇ ਹਾਂ, ਇਹਦੇ ਨਾਲ ਟੇਸਟ ਵੀ ਅੱਛਾ ਹੋ ਜਾਂਦਾ ਔਰ ਕਲਰ ਵੀ ਅੱਛਾ ਹੋ ਜਾਂਦਾ। ਅਸੀਂ ਫਲੇਮ ਇਹਦਾ ਲੋਅ ਕਰਤਾ ਜੀ ਕਿਉਂਕਿ ਲੋਅ ਟੂ ਮੀਡੀਅਮ ਹੀ ਬਣਨਾ ਜਦ ਤੱਕ ਇਹਦਾ ਮੋਇਸਚਰ ਸੁੱਕਦਾ, ਜਦ ਤੱਕ ਥੋੜ੍ਹੇ ਜਿਹੇ ਅਸੀਂ ਇਹਦੇ 'ਚ ਕਾਜੂ ਪਾਵਾਂਗੇ ਅਤੇ ਸਲਾਈਟਲੀ ਰੋਸਟ ਕਰਨੇ ਨੇ, ਯਾਨੀ ਕਿ ਸਿਰਫ ਇਹਦਾ ਕੱਚਾਪਨ ਦੂਰ ਕਰਨਾ ਅਸੀਂ, ਥੋੜ੍ਹਾ ਜਿਹਾ ਘੀ ਪਾ ਕੇ ਦੇਸੀ ਅਤੇ ਉਹਨੂੰ ਅਸੀਂ ਰੋਸਟ ਕਰਾਂਗੇ। ਦਾਲ ਚੀਨੀ ਪਾਊਡਰ ਅਸੀਂ ਐਡ ਕਰਾਂਗੇ ਜੀ, ਬਸ ਸਾਡਾ ਜਿਹੜਾ ਮੋਇਸਚਰ ਹੈ ਸ਼ੂਗਰ ਨੇ ਜਿਹੜਾ ਛੱਡਿਆ ਸੀ ਉਹ ਵੀ ਸੁੱਕਣ ਵਾਲਾ। ਟੋਟਲ ਮਿਲਾ ਕੇ ਕਹੀਏ ਤਾਂ ਸੇਬ ਦਾ ਹਲਵਾ 25-30 ਮਿੰਟ ਲੱਗਦੇ ਨੇ ਇਹਨੂੰ ਬਣਨ 'ਤੇ, ਅਸੀਂ ਬਸ ਜਦੋਂ ਇਹਦਾ ਮੋਇਸਚਰ ਪੂਰਾ ਸੁੱਕ ਗਿਆ ਤਾਂ ਸਮਝੋ ਸਾਡਾ ਹਲਵਾ ਤਿਆਰ ਹੋ ਗਿਆ। ਹਾਂ ਤਾਂ ਬਹੁਤ ਸੋਹਣਾ ਕਲਰ ਇਹਦਾ ਆਇਆ, ਸੇਬ ਦਾ ਹਲਵਾ ਸਾਡਾ ਬਣ ਕੇ ਤਿਆਰ ਹੈ ਅਤੇ ਡਰਾਈ ਫਰੂਟ ਅਸੀਂ ਇਹਦੇ 'ਚ ਐਡ ਕਰ ਦਿੱਤਾ। ਬਾਊਲ 'ਚ ਸ਼ਿਫਟ ਕਰਦੇ ਹਾਂ ਜੀ। ਸੇਬ ਦਾ ਹਲਵਾ ਬਣ ਕੇ ਸਾਡਾ ਬਿਲਕੁਲ ਤਿਆਰ ਹੈ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ। ਇੱਕ ਵਾਰੀ ਬਣਾ ਕੇ ਦੇਖੋ ਔਰ ਕਮੈਂਟ ਬਾਕਸ ਆਪਣੇ ਕਮੈਂਟਸ ਜ਼ਰੂਰ ਦਿਓ ਕਿ ਤੁਹਾਨੂੰ ਕੈਸਾ ਲੱਗਿਆ। ਥੈਂਕ ਯੂ ਵੈਰੀ ਮੱਚ।